ਜਦੋਂ ਇਸ ਬੀਬੀ ਦੀ ਵੀਡੀਓ ਆਈ ਸੀ ਨਾ ਸਾਹਮਣੇ ਤੇ ਯਕੀਨ ਜਾਣੋ ਦਿਲੀ ਤੌਰ ਤੇ ਦੁੱਖ ਹੋਇਆ ਸੀਗਾ। ਇਹ ਨਹੀਂ ਕਿ ਸਾਨੂੰ ਖੁਸ਼ੀ ਹੋਈ ਸੀ ਕਿ ਯਾਰ ਉਹਦੀ ਇੱਜ਼ਤ ਨਿਲਾਮ ਹੋ ਰਹੀ ਆ ਤੇ ਅਸੀਂ ਬੜੇ ਖੁਸ਼ ਹੋਏ ਲੁੱਡੀਆਂ ਪਾਈਆਂ, ਨਹੀਂ ਦਿਲੀ ਤੌਰ ਤੇ ਦੁੱਖ ਹੋਇਆ। ਹਰ ਬੰਦੇ ਦੀ ਧੀ ਭੈਣ ਹੈਗੀ ਆ, ਲੇਕਿਨ ਜਦੋਂ ਕੋਈ ਆਪ ਹੀ ਕੰਜਰ ਹੋਇਆ ਹੋਵੇ ਤਾਂ ਫਿਰ ਕੀ ਕਰੇ ਬੰਦਾ। ਲਓ ਫਿਰ ਪਿਆਰਿਓ, ਕਹਿੰਦੇ ਕਾਂ ਬੜਾ ਸਿਆਣਾ ਹੁੰਦਾ, ਲੇਕਿਨ ਸਿਆਣਾ ਕਾਂ ਜਿਹੜਾ ਨਾ ਉਹ ਮਰਦਾ ਬਿਜਲੀ ਲੱਗ ਕੇ ਹੀ ਹੈ, ਉਹਨਾਂ ਤਾਰਾਂ ਦੇ ਨਾਲ ਹੀ ਖੇਡਦਾ ਰਹਿੰਦਾ ਅਤੇ ਉੱਥੇ ਹੀ ਮਰ ਜਾਂਦਾ। ਅੱਜ ਇਹ ਬੀਬੀ ਜਿਹੜੀ ਆ, ਇਹ ਜਿਹਦੇ ਬਾਰੇ ਤੁਸੀਂ ਪਿਛਲੀ ਵੀਡੀਓ 'ਤੇ ਮੈਨੂੰ ਬੜੇ ਕਮੈਂਟ ਕੀਤੇ ਸੀਗੇ ਕਿ ਤੁਸੀਂ ਉਹਨਾਂ ਦੇ ਮਗਰ ਪੈ ਗਏ ਹੋ, ਤੁਹਾਨੂੰ ਕੰਮ ਹੀ ਕੋਈ ਨਹੀਂ ਹੋਰ, ਇਹਨਾਂ ਦੀ ਅਗਲੀ ਵੀਡੀਓ ਵੀ ਆ ਗਈ ਆ, ਇਹਨਾਂ ਦਾ ਆਸ਼ਿਕ ਆ ਗਿਆ ਮੈਦਾਨ 'ਚ, ਖੋਲ੍ਹ ਦਿੱਤੇ ਉਹਨੇ ਸਾਰੇ ਕੱਚੇ ਚਿੱਠੇ, ਸਾਰਾ ਕੁਛ ਅੱਜ ਤੁਹਾਨੂੰ ਦੱਸਦੇ ਹਾਂ। ਨਾਲੇ ਇਸ ਬੀਬੀ ਦੇ ਬਾਰੇ 'ਚ ਵੀ ਹੋਰ ਗੱਲਾਂ ਦੱਸਦੇ ਹਾਂ ਜੋ ਕੁਛ ਇਹ ਕਰਦੀ ਰਹੀ ਆ। ਤੁਸੀਂ ਐਵੇਂ ਸਾਡੇ ਮਗਰ ਲੱਗੇ ਹੋ, ਇਹ ਜਿਹੜੀ ਦੂਸਰੀ ਬੀਬੀ ਨੇ ਉਹਦਾ ਕੱਚਾ ਚਿੱਠਾ ਖੋਲ੍ਹਿਆ, ਇਹਨੂੰ ਜਾ ਕੇ ਸੁਣਿਓ ਜ਼ਰਾ, ਉਹ ਵੀ ਤੁਹਾਨੂੰ ਦੱਸਦਾ ਵੀ ਕਿੱਥੇ ਪਈ ਹੈ ਵੀਡੀਓ। ਉਹਨੇ ਇਹਦੇ ਆਸ਼ਕ ਨੂੰ ਲਾਈਵ ਕਾਲ 'ਤੇ ਲਿਆ ਅਤੇ ਜੋ ਕੁਛ ਉਹਨੇ ਦੱਸਿਆ ਉਹ ਤੁਹਾਨੂੰ ਮੈਂ ਦੱਸਦਾ, ਫਿਰ ਫੈਸਲਾ ਤੁਸੀਂ ਕਰਨਾ ਕਿ ਇਹ ਠੀਕ ਕਹਿੰਦੀ ਹੈ ਜਾਂ ਗਲਤ, ਇਹ ਸਿਆਣੀ ਹੈ ਜਾਂ ਨਹੀਂ ਹੈ, ਮਕਰ ਕਰ ਰਹੀ ਹੈ ਕੀ ਕਰ ਰਹੀ ਆ। ਫਿਰ ਉਸ ਤੋਂ ਪਹਿਲੇ ਵੀਡੀਓ ਨੂੰ ਲਾਈਕ ਵੀ ਕਰੋ ਅਤੇ ਸ਼ੇਅਰ ਵੀ ਕਰੋ ਅਤੇ ਕਮੈਂਟ 'ਚ ਤੁਸੀਂ ਰਾਏ ਦੇਣੀ ਹੈ, ਭਾਵੇਂ ਐਂਡ 'ਤੇ ਜਾ ਕੇ ਦਿਓ। ਅਤੇ ਪਿਆਰਿਓ, ਜਦੋਂ ਕਿ ਕੋਈ ਚੀਜ਼ ਇਸ ਤਰ੍ਹਾਂ ਦੀ ਆਉਂਦੀ ਹੈ ਨਾ ਕਿ ਕੋਈ ਗਲਤ ਚੀਜ਼ ਆਉਂਦੀ ਹੈ, ਅਤੇ ਉੱਤੇ ਦਿਲ ਨਹੀਂ ਕਰਦਾ ਕਿ ਐਵੇਂ ਅਸੀਂ ਮੂੰਹ ਚੁੱਕ ਕੇ ਅਤੇ ਵੀਡੀਓ ਬਣਾ ਦਈਏ ਅਤੇ ਤੁਹਾਨੂੰ ਆਖੀਏ ਇੰਝ ਹੋ ਗਿਆ ਇੰਝ ਹੋ ਗਿਆ। ਲੇਕਿਨ ਜਦੋਂ ਅਗਲਾ ਬੰਦਾ ਹੀ ਬੇਸ਼ਰਮ ਹੋਇਆ ਹੋਵੇ ਨਾ, ਹੁਣ ਇਹ ਬੀਬੀ ਉਸ ਦਿਨ ਬੜਾ ਰੋਤ ਹੋ ਰਹੀ ਸੀਗੀ ਕਿ ਮੈਂ ਇਹ ਕਰ ਦਿਆਂਗੀ, ਮੈਂ ਉਹ ਕਰ ਦਿਆਂਗੀ, ਜਿਹੜੇ ਮੇਰੇ ਖਿਲਾਫ਼ ਵੀਡੀਓ ਬਣਾ ਰਹੇ ਮੈਂ ਉਹਨਾਂ 'ਤੇ ਕੇਸ ਕਰ ਦਿਆਂਗੀ, ਮੈਂ ਇਹ ਠੋਕ ਦੂੰ ਉਹ ਠੋਕ ਦੂੰ। ਉਹ FIA ਵਾਲੇ ਮੁੜ ਮੁੜ ਕੇ ਇਹਨੂੰ ਗੱਲਾਂ ਕਰ ਰਹੇ ਆ ਕਿ ਬੀਬੀ ਆ ਇੱਥੇ ਸਾਨੂੰ ਬਿਆਨ ਦੇ, ਸਾਨੂੰ ਸਾਡੇ ਨਾਲ ਤਾਵਨ ਕਰ, ਤੇਰੇ ਉਸ ਆਸ਼ਕ ਨੂੰ ਅਸੀਂ ਚੁੱਕ ਕੇ ਲਿਆਈਏ ਬਾਹਰੋਂ। ਬੀਬੀ ਦੁਬਾਰਾ FIA ਗਈ ਨਹੀਂ, ਇੱਕੋ ਦਿਨ ਹੀ ਗਈ ਆ, ਉਹ ਵੀ ਖਾਨਾਪੁਰੀ ਲਈ। ਨਹੀਂ ਯਕੀਨ ਆਉਂਦਾ ਤਾਂ ਸੁਣਵਾ ਦਿੰਦਾ, ਉਹਦੇ ਆਸ਼ਕ ਦੀਆਂ ਗੱਲਾਂ ਸੁਣਵਾ ਦਿੰਦਾ, ਸਬਰ ਕਰੋ, ਸਾਰਾ ਕੁਛ ਹੀ ਆਊ ਸਾਹਮਣੇ। ਹੁਣ ਇਹਦਾ ਆਸ਼ਕ ਕਹਿੰਦਾ ਕਿ ਇਹਨੇ ਜਦੋਂ ਮਕਾਨ ਬਣਾਏ ਆ, ਜਿਹੜਾ ਪੈਸਾ ਲੱਗਾ, ਕਹਿੰਦੇ ਨਾ ਡੇਢ ਦੋ ਕਰੋੜ ਦਾ ਘਰ ਬਣਾਇਆ, ਉਹ ਕਹਿੰਦਾ 45 ਲੱਖ ਦੀਆਂ ਰਸੀਦਾਂ ਮੇਰੇ ਕੋਲ ਪਈਆਂ ਵਾ ਜਿਹੜੀਆਂ ਗਵਾਚੀਆਂ ਨਹੀਂ, ਬਾਕੀ ਜਿਹੜੇ ਭੇਜੇ ਉਹ ਲੈਦਾ, ਉਹ ਪੈਸਾ ਇਹਨੂੰ ਮੈਂ ਭੇਜਦਾ ਰਿਹਾ, ਆਵੇ ਮੇਰੇ ਸਾਹਮਣੇ, ਮੈਂ ਦਿੰਦਾ ਰਸੀਦਾਂ। ਮੇਰੇ ਨਾਲ ਤਾਂ ਇਹਦਾ 4 ਸਾਲ ਤੋਂ ਚੱਕਰ ਚੱਲ ਰਿਹਾ ਸੀਗਾ, ਇਹ ਮੈਂ ਨਹੀਂ ਕਹਿ ਰਿਹਾ, ਇਹ ਉਹ ਖੁਦ ਕਹਿ ਰਿਹਾ। ਤੁਹਾਨੂੰ ਸੁਣਾਉਂਦਾ ਵੀਡੀਓ, ਜ਼ਰਾ ਉਹ ਵੀ ਵੇਖ ਲੈਣਾ ਅਤੇ ਗਾਲਾਂ ਕੱਢਣੀਆਂ ਅਤੇ ਉਸ ਬੀਬੀ ਨੂੰ ਜਾ ਕੇ ਕੱਢਿਓ ਜਿਹਨੇ ਵੀਡੀਓ ਲਾਈ ਆ। ਉਹ ਕਹਿੰਦਾ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਨਾਲ ਕੀ ਚੱਲਦਾ ਰਿਹਾ, ਮੈਨੂੰ ਜਦੋਂ ਪਤਾ ਲੱਗਾ ਕਿ ਇਹਦੇ ਹੋਰ ਪਾਸੇ ਵੀ ਇਹੋ ਜਿਹੇ ਕੰਮ ਹੈ, ਜਿੰਨੀ ਭੋਲੀ ਨਜ਼ਰ ਆਉਂਦੀ ਇੰਨੀ ਭੋਲੀ ਹੈ ਨਹੀਂ, ਇਹ ਤਾਂ ਬੜੀ ਚਲਾਕ ਆ, ਅਤੇ ਅਸੀਂ ਇਹਨੂੰ ਕਿਹਾ ਵੀ ਤੂੰ ਇਹ ਸਾਰੇ ਕੰਮ ਛੱਡ ਦੇ, ਇਹ ਨਹੀਂ ਹਟੀ ਤਾਂ ਮੈਂ ਪਿੱਛੇ ਹਟ ਗਿਆ, ਅਤੇ ਜੇ ਮੈਨੂੰ ਲੋੜ ਹੁੰਦੀ ਤਾਂ 4 ਸਾਲ ਹੋ ਗਏ ਸਾਡੇ ਇਸ ਗੱਲ ਨੂੰ, ਮੈਂ 4 ਸਾਲ ਤੋਂ ਵੀਡੀਓ ਵਾਇਰਲ ਨਾ ਕਰਤੀ, ਮੈਂ ਹੁਣੀ ਕਰਨੀ ਸੀ। ਅਤੇ ਹੁਣ ਤੁਸੀਂ ਸੋਚੋ ਕਿ ਜਿਹੜਾ ਬੰਦਾ ਕਹਿ ਰਿਹਾ ਕਿ 4 ਸਾਲ ਹੋ ਗਏ ਆ, ਇਹ ਬੀਬੀ ਕਹਿ ਰਹੀ ਕਿ ਵੀਡੀਓ ਹੁਣ ਆਈ ਆ, ਇਹ ਹੁਣ ਇੱਕ ਵੀਡੀਓ ਨਹੀਂ, ਇੱਦਾਂ ਦੀਆਂ ਕਈ ਵੀਡੀਓ ਆਉਣੀਆਂ ਹੌਲੀ ਹੌਲੀ, ਬਸ ਥੋੜ੍ਹਾ ਥੋੜ੍ਹਾ ਟਾਈਮ ਲੰਘਣ ਦਿਓ, ਇਹ ਆਪਣੀ ਸਟੰਟ ਆ ਇਹਨਾਂ ਦੇ। ਹੁਣ ਤੁਸੀਂ ਇਹਨਾਂ ਦਾ ਚੈਨਲ ਵੇਖਿਆ ਜਾ ਕੇ, ਅਲੀਜ਼ਾ ਸਹਿਰ ਵਲੋਗ, ਉਹਨੂੰ ਵਿਜ਼ਿਟ ਕਰੋ ਜਾ ਕੇ, ਜਿੱਥੇ ਉਹਦੇ ਇੱਕ ਵੀਡੀਓ ਦੇ ਉੱਤੇ 30,000 ਵਿਊ ਆਉਂਦੇ ਸੀ, ਉੱਥੇ ਇੱਕ ਵੀਡੀਓ ਦੇ ਉੱਤੇ 2.5 ਲੱਖ ਵਿਊ ਹੋ ਗਏ। ਉਹ ਜਿੰਨੀ ਵਾਇਰਲ ਹੋਈ ਹੈ ਲੋਕ ਉਹਨੂੰ ਸਰਚ ਕਰਨ ਜਾ ਰਹੇ ਆ। ਉੱਤੋਂ ਫਿਰ ਜਦੋਂ ਇਹੋ ਜਿਹਾ ਕੰਮ ਹੋ ਜਾਵੇ ਨਾ ਤਾਂ ਬੰਦਾ ਸਮਝੋ ਮਰ ਗਿਆ, ਬੰਦਾ ਮਿੱਟੀਓ ਮਿੱਟੀ ਹੋ ਜਾਂਦਾ ਸ਼ਰਮ ਨਾਲ, ਕੋਈ ਜ਼ਿਆਦਾ ਨਹੀਂ ਤਾਂ 1-2 ਮਹੀਨੇ ਤਾਂ ਵੈਸੇ ਹੀ ਗਾਇਬ ਹੋ ਜਾਂਦਾ ਕਿ ਮੈਂ ਯਾਰ ਹੁਣ ਇੱਥੇ ਕੇਸ ਮੂੰਹ ਨਾਲ ਆਵਾਂ। ਅਤੇ ਬੀਬੀ ਦੀਆਂ ਮਾਸ਼ਾਅੱਲਾ ਵੀਡੀਓ ਹੈ, ਵੇਖੋ ਇਹਦੇ ਚੈਨਲ 'ਤੇ ਜਾ ਕੇ ਕਿ ਧੜਾਧੜ ਵੀਡੀਓ ਪਾਈ ਜਾ ਰਹੇ ਆ, ਡੇਲੀ ਦੀ ਇੱਕ ਵੀਡੀਓ ਆ ਰਹੀ ਆ, ਔਰ ਵੀਡੀਓ ਦੇ ਵਿੱਚ ਫਿਰ ਉਹੀ ਕੁਛ, ਉਹੀ ਭਰਾ ਕੈਮਰਾਮੈਨ, ਉਹੀ ਚੀਜ਼ਾਂ ਵਿਖਾ ਰਿਹਾ ਜਿਹੜੀਆਂ ਪਿਛਲੀ ਵੀਡੀਓ 'ਚ ਤੁਹਾਨੂੰ ਮੈਂ ਦੱਸੀਆਂ। ਪਿਛਲੀ ਵੀਡੀਓ ਦਾ ਲਿੰਕ ਮੈਂ ਲਾ ਦਿਆਂਗਾ, ਸੁਣ ਲਿਓ, ਉਹੀ ਚੀਜ਼ਾਂ ਦੁਬਾਰਾ ਸੇਮ ਉਵੇਂ ਵਿਖਾ ਰਿਹਾ, ਕੋਈ ਫਰਕ ਨਹੀਂ ਪਿਆ। ਅਤੇ ਤੁਸੀਂ ਇੱਥੇ ਸਾਨੂੰ ਜਿਹੜੇ ਨਾ ਉਹ ਲੈਕਚਰ ਦਿੰਦੇ ਹੋ ਕਿ ਤੁਸੀਂ ਇਹ ਕਰਤਾ, ਤੁਸੀਂ ਉਹ ਕਰਤਾ, ਤੁਸੀਂ ਉਹਦੇ ਪਿੱਛੇ ਪੈ ਗਏ ਹੋ, ਲੋਕਾਂ ਦੇ ਪਰਦੇ ਪਾਈ ਦਿਓ, ਜਦੋਂ ਪਰਦੇ ਉਹ ਆਪ ਨਾ ਪਾਉਣ ਤਾਂ ਲੋਕ ਪਰਦੇ ਕਿੱਥੋਂ ਪਾਉਣ, ਪਰਦੇ ਉਦੋਂ ਹੀ ਪੈਂਦੇ ਆ ਜਦੋਂ ਤੁਸੀਂ ਆਪ ਪਰਦੇ ਪਾਉਣਾ ਚਾਹੋ। ਇਹ ਜ਼ਰਾ ਸੁਣੋ, ਮੈਂ ਤੁਹਾਨੂੰ ਸੁਣਵਾਉਂਦਾ ਉਹਦੇ ਆਸ਼ਕ ਨੇ ਕੀ ਕਿਹਾ, ਜ਼ਰਾ ਸੁਣੋ ਥੋੜ੍ਹਾ ਜਿਹੀ ਗੱਲ।
45 लाख किवें उन्हें भेजे आ? सुन लिया तुसी, उम्मीद है तुहानू यकीन आ गया होएगा। जे नहीं यकीन आया तो मैं हुणे तुहानू बीबी दे जिथे वीडियो अपलोड की वह भी दसदा, तुसी उत्थे जा के पूरी वीडियो वेख लेना, होर यकीन आ जाएगा। तो अलीजा शहर जिनी भोली है इन्नी है नहीं। हुण अगली गल मैं तुहानू दसदा कि जदों इहदी वीडियो आई ना, उस रात टिकटॉक ते लाइव बैठी है। वो यार शर्म नहीं आती तेनू कि एडा वड्डा काम हो गया तेरे नाल, तू फिर लाइव बैठी है? फिर वो यदा आशिक दसदा कि यह तो कुछ भी लाइव वाला काम नहीं है, इस तो पहले वीगो ते भी आउंदी रही है। तुहानू सानू हजे वीगो का ना ही नहीं पता होना, जिन्हें सुन रहे ना ये अद्धे बंदे नू वीगो का नहीं ना पता होना। वीगो ते लाइव आती रही, कहिंदा इस तो ज़्यादा चीज़ां ते उत्थे विखा दिंदी सी, ये तो कुछ नहीं वीडियो। यह टिकटॉक के उत्ते सुन लो जरा, अपने वो ब्रांड मिस्टर पतलू साहब उन्होंने नाल टिकटॉक लग रही, लोग कहते बहुत अच्छा मुंडा, अच्छा होएगा। लेकिन इस वीडियो देखो जी, वो कहती मेरे नाल मैच ला लो, कहता किड्डा वड्डा। सुनो जरा, आपके साथ मैच ला लो किड्डा, 5 मिनट। वो टिकटॉक जी ना, वो एक बगैरती है लाइव वाली, उत्थे पैसे कमाण की खातर बहुत कुछ हों। मैं पिछली वीडियो सारा कुछ तफसील ना दसिया, हूँ मैं कोई इन्ना उत्ते बोलना नहीं चाहता, लेकिन सिर्फ यही कहूँगा कि उत्थे कुड़ियाँ जो हार दियां ना, तो वह हशर हों कि जिमें समझो कि वाशरूम चो नंगी कुड़ी बाहर कढ़ लो ना, तो वह हाल हों इवें कर देंगे। कभी उन्होंने कहें पानी सिर ते पा, कभी डांस करके वहा कैमरे के सामने लाइव, कभी मैं हूँ की दसा। फिर वो दुपट्टा लवा के थले पोचा लवाना है जी मूंदी करके, वो पोचा लाना तो इतों सारा सीने के सब कुछ नज़र आना। बीबिया ने तुम्हें पता हूँ मेरा तो गला छोटा ना, तो मेरा समान समून है नहीं, तो बीबिया का समान समून वाहवा हों थले करके ना चंगी तरह। फिर देखो दिली तौर पर दुख सारे हों, नहीं कि नहीं किसी की इज्जत खराब होंगी, तो वो ये नहीं चाहता कि यार वो मतलब ठीक होया, हर बंदा ही उस अफसुरदा हों। लेकिन जी इज्जत खराब हो रही, वही अगर जश्न मना रहा तो फिर बाकी की करन, वो तो समझ लो भाग खुल गए। और जी वीडियो लगी है ना उदन के उन्होंने भाग खोले, जिते उन्होंने इंटरनेट की दुनिया च उन्हों की कमाई अगर 2 लाख रुपया सी ना महीने की, तो हूँ वो कमाई 20 लाख हो जानी है। अलीजा साहब नूं अगे गिने चुने लोग जानते सीगे, हूँ हर बंदा ही जानता। तो उत्तों अगली जक्की जी हुई है वो मौलाना नासर मदनी साहब, वो मस्जिद च बैठे तो वायरल टॉपिक से गल्लां करी जा रहे हैं कि मदनी साहब को ख्याल करो, अल्लाह अल्लाह करो यार, किहड़े कम्मे लग गए तुसीं, मौलवी बंदे हो, मस्जिद च गए हो, जो तुसीं यह चीज़ इन्नी बारी डिस्कस करोगे, जिहड़े बंदियां नूं नहीं पता उन्हां भी जाके सर्च करना कि अलीजा शहर की वीडियो कित्थे आ। तो मदनी साहब ने भी बस 53-52 खिच रख्या काम नूं, उन्हां दे पिछे एक मौलवी बैठा, वो कदी मूँह तां कर लैंदा कदी ठां कर लैंदा भी मौलवी साहब किधर नूं टुर पए। तो मदनी साहब ने भी अखीर कर दी है भी एक भरे मजमे के मस्जिद च बह के, मस्जिद च या जिथे भी सके वो मुलाकात हो रहा है, उत्थे बह के उन्होंने यह काम शुरू करता। वो तुम दसा भी एक किस्म के भांडी आ, वायरल टॉपिक लभदे आ उत्ते ही गल करते ताकि चार छिलड़ उन्होंने भी आन। उन्हों की असलियत भी अगली वीडियो दसागा तुहानू की कीता उन्होंने। हाँ जी, तो प्यारे बस यह थोड़ी जी जानकारी सी अलीजा के बारे में। हुण तुसीं दसना कि अलीजा वाकई खचरी है या सानू समझ नहीं आ रही, क्योंकि उन्हें जो कुछ किया हुण तुसीं उहदा यूट्यूब चैनल भी जाके वेख लो, तो उहदा टिकटॉक से भी जाके वेख लो, उस दिन की लाइव आ रही है। वो बिलाल है मुंडा शायद, वो पहले दिन ही लाइव आई सी। फिर एक मिस्टर जोगी, वो की कहें जिमें मदारी नहीं होंगे बांदर नचाने वाले, इवें का लिबास पा के, तो पता नहीं की इंग्लिश झाड़ी जा रहा है, ऊट पटांग मारी जाता है वो। फिर एक होर काला ब्रांड, इस तरह ही वो लाइव आके बैठी आ, तो जिथे वो ब्रॉड के उत्ते 500 बंदा सीगा, हुण 15,000 बंदा बैठा सी। मतलब ये कह लो कि ये जी
ਇੱਜ਼ਤ ਨਿਲਾਮ ਹੋਈ ਨਾ, ਇੱਜ਼ਤ ਨਹੀਂ ਹੁਣ ਨੂੰ ਤਾਂ ਭਾਗ ਲੱਗ ਗਿਆ। ਉਹ ਬੀਬੀ ਜੇ ਥੋੜ੍ਹੀ ਜਿਹੀ ਵੀ ਸ਼ਰਮ ਹੁੰਦੀ ਤਾਂ ਘੱਟ ਤੋਂ ਘੱਟ ਚਲੋ ਹਫ਼ਤਾ ਹੀ ਪਰੇ ਟਲ ਜਾਂਦੀ। ਉਹਨੇ ਜਿੱਦਣ ਵੀਡੀਓ ਵਾਇਰਲ ਹੋਈ ਆ ਉਹ ਦਿਨ ਸ਼ਾਇਦ ਕੋਈ ਔਖਾ ਸੌਖਾ ਕੱਢਿਆ ਹੋਵੇ, ਉਹ ਤੋਂ ਅਗਲੇ ਦਿਨ ਤੋਂ ਲਾਈਵ ਬੈਠੀ ਸੀ। ਪਤਾ ਨਹੀਂ ਯਾਰ ਕੀ ਕਰਦੇ ਆ ਅਤੇ ਕਿੱਥੇ ਰਹਿੰਦੇ ਆ ਉਹ। ਕੁਛ ਖਿਆਲ ਕਰੋ ਆਪਣਾ, ਨਹੀਂ ਆਪਣਾ ਚਲੋ ਆਪਣੇ ਰਿਸ਼ਤੇਦਾਰਾਂ ਦਾ, ਆਪਣੇ ਆਉਣ ਵਾਲੇ ਬੱਚਿਆਂ ਦਾ ਹੀ ਖਿਆਲ ਕਰੋ ਜਿਹੜੇ ਇਸ ਟਾਈਮ ਹੈਗੇ। ਉਹ ਤਾਂ ਤੁਹਾਡੀ ਕਮਾਈ ਖਾ ਕੇ ਨਾ ਤੁਹਾਡੇ ਵਰਗੇ ਹੋ ਚੁੱਕੇ ਆ। ਚਲੋ ਆਉਣ ਵਾਲੀ ਨਸਲ ਦਾ ਹੀ ਖਿਆਲ ਕਰੋ ਕਿ ਉਹ ਕੀ ਸੋਚੂਗੀ ਸਾਡੇ ਨਾਲ ਕੀ ਬਣਿਆ। ਕੱਲ੍ਹ ਮੇਰੇ ਸਾਹਮਣੇ ਇੱਕ ਫਿਲਮ ਸਟਾਰ ਆਸੀਆ ਬੇਗਮ, ਉਹਨਾਂ ਦੀ ਇੱਕ ਵੀਡੀਓ ਆਈ ਅਤੇ ਮੈਨੂੰ ਵੇਖ ਕੇ ਸ਼ਰਮ ਆ ਰਹੀ ਸੀ ਜੋ ਕੁਛ ਉਹ ਬੰਦਾ ਉਹਨਾਂ ਦੇ ਬਾਰੇ ਦੱਸ ਰਿਹਾ ਸੀਗਾ। ਅਤੇ ਉਹ ਅੱਲਾ ਦੇ ਹੁਕਮ ਨਾਲ ਅੱਲਾ ਨੂੰ ਪਿਆਰੇ ਹੋ ਚੁੱਕੇ ਆ 2013 'ਚ। ਉਹ ਆਪਣੇ ਮਰਨ ਤੋਂ ਪਹਿਲੇ ਤੌਬਾ ਕਰ ਗਏ, ਫਿਲਮ ਇੰਡਸਟਰੀ ਛੱਡ ਗਏ, ਲੇਕਿਨ ਉਹ ਜਿਹੜੇ ਕੰਮ ਹੋਏ ਸੀ ਨਾ ਉਹ ਅੱਜ ਤੱਕ ਉਹਨਾਂ ਦਾ ਪਿੱਛਾ ਕਰ ਰਹੇ। ਉਹ ਵੀਡੀਓ ਕਿਸੇ ਨਾ ਕਿਸੇ ਪਾਸੇ ਘੁੰਮ ਕੇ ਉਹਨਾਂ ਦੇ ਪੁੱਤਰਾਂ ਦੇ ਧੀਆਂ ਦੇ ਸਾਹਮਣੇ ਜਾਏਗੀ ਕਿ ਨਹੀਂ? ਉਹਨਾਂ ਦੇ ਸਾਹਮਣੇ ਨਹੀਂ ਜਾਏਗੀ, ਉਹਨਾਂ ਦੇ ਪੋਤਿਆਂ ਦੇ ਸਾਹਮਣੇ ਜਾਏਗੀ, ਮਤਲਬ ਧੀਆਂ ਦੇ ਬੱਚੇ ਜਾਂ ਪੁੱਤਾਂ ਦੇ ਬੱਚਿਆਂ ਦੇ ਸਾਹਮਣੇ। ਉਹ ਕੀ ਸੋਚਣਗੇ? ਇਹੀ ਕੰਮ ਹੁਣ ਇਹਦੇ ਨਾਲ ਹੋਣਾ। ਹੁਣ ਇਹ ਵਿਆਹ ਹੋਏਗਾ, ਵਿਆਹ ਤੋਂ ਬਾਅਦ ਅੱਲਾ ਮਾਫ਼ ਕਰੇ, ਮੈਂ ਹੁਣ ਕੋਈ ਕੁਛ ਦੇਣ 'ਚ ਆ ਰਿਹਾ ਕਿ ਕਹਿਣਾ ਨਹੀਂ ਚਾਹੁੰਦਾ। ਉਹਨਾਂ ਦੇ ਬੱਚੇ ਹੋਣਗੇ, ਬੱਚੇ ਹੋਣ ਤੋਂ ਬਾਅਦ ਉਹ ਬੱਚੇ ਕਦੀ ਨੈੱਟ ਖੋਲ੍ਹਣਗੇ ਤਾਂ ਨੈੱਟ 'ਤੇ ਅਗਰ ਸਾਹਮਣੇ ਵੀਡੀਓ, ਨੈੱਟ ਤਾਂ ਇਹੋ ਜਿਹਾ ਕਿ ਘੁਮਾ ਫਿਰਾ ਕੇ ਕੁਛ ਨਾ ਕੁਛ ਤੁਹਾਨੂੰ ਵਿਖਾਉਂਦਾ ਹੀ ਰਹਿੰਦਾ। 20 ਸਾਲ ਪੁਰਾਣੀ ਗੱਲ ਵੀ ਤੁਹਾਡੇ ਸਾਹਮਣੇ ਲੈ ਆਉਂਦਾ ਕਈ ਵਾਰੀ। ਉਹਨਾਂ ਦੇ ਸਾਹਮਣੇ ਅਗਰ ਵੀਡੀਓ ਆ ਜਾਵੇ ਅਲੀਜ਼ਾ ਕੇ ਕਾਰਨਾਮੇ, ਉਸ ਵੇਖ ਕੇ ਕੀ ਕਹਿਣਗੇ? ਅਤੇ ਤੁਸੀਂ ਵੀ ਜ਼ਰਾ ਖਿਆਲ ਕਰਿਆ ਕਰੋ, ਇਹ ਬੱਚਿਆਂ 'ਤੇ ਨਜ਼ਰ ਰੱਖਿਆ ਕਰੋ। ਬੱਚੇ ਜਿਹੜੇ ਲਾਈਵ ਬਹਿੰਦੇ ਆ ਜਾਂ ਟਿਕਟੋਕ ਯੂਜ਼ ਕਰਦੇ ਆ ਜਾਂ ਨੈੱਟ ਯੂਜ਼ ਕਰਦੇ ਨੇ, ਉਹਨਾਂ ਦੇ ਮੋਬਾਈਲਾਂ 'ਤੇ ਨਜ਼ਰ ਰੱਖਿਆ ਕਰੋ। ਇਹ ਮੋਬਾਈਲ ਦੀ ਕਮਾਈ ਜਿਹੜੀ ਆ ਇੰਨੀ ਕੁ ਅੱਛੀ ਹੈਗੀ ਆ, ਉਹ ਵੀ ਠੀਕ ਆ, ਜੇ ਬੁਰੇ ਪਾਸੇ ਚੱਲ ਜਾਵੇ ਤਾਂ ਉਹ ਵੀ ਬਹੁਤ ਠੀਕ ਆ। ਮਤਲਬ ਠੀਕ ਤੋਂ ਮੁਰਾਦ ਆ ਕਿ ਉੱਧਰ ਵੀ ਕੰਮ ਲਾ ਦਿੰਦੀ ਆ। ਉਹ ਪਿੱਛੇ ਜੇ ਜਿਹੜੀ ਟਿਕਟੋਕਰ ਸੀਗੀ ਉਹ ਮਨਾਰੇ ਪਾਕਿਸਤਾਨ ਵਾਲੀ, ਉਹਦੇ ਮਗਰ ਦੋ ਬੰਦਿਆਂ ਨੇ ਜਾ ਕੇ ਹੱਥ ਰੱਖਿਆ ਸੀਗਾ। ਉਹ ਕੀ ਨਾਲ ਜਾਂ ਉਹ ਇਕਰਾਰ ਉਲ ਹਸਨ ਅਤੇ ਯਾਸਰ ਸ਼ਾਮੀ ਉਹਦੇ ਘਰ ਗਏ ਸੀ, ਬੜਾ ਉਹਨਾਂ ਪਿਆਰ ਦਿੱਤਾ। ਉਹ ਮੁੜ ਕੇ ਅਫਸੋਸ ਹੀ ਕੀਤਾ ਕਿ ਯਾਰ ਅਸੀਂ ਗਲਤ ਪਾਸੇ ਆਏ, ਕਿਉਂਕਿ ਉਹਦੀਆਂ ਵੀ ਜਦੋਂ ਵੀਡੀਓ ਬਾਅਦ 'ਚ ਨਿਕਲੀਆਂ ਸੀ ਨਾ, ਅਖੀਰ ਨਿਕਲੀਆਂ ਸੀਗੀਆਂ, ਕਿੱਥੇ ਰੈਂਬੋ ਉਹਨੂੰ ਭੈਣ ਕਹੀ ਜਾਂਦਾ ਸੀਗਾ, ਅਤੇ ਥੋੜ੍ਹੇ ਦਿਨਾਂ ਤੋਂ ਬਾਅਦ ਉਹਦੀ ਵੀਡੀਓ ਆਈ ਅਤੇ ਰੈਂਬੋ ਉਹਦੀਆਂ ਚੁੰਮੀਆਂ ਲੈ ਰਿਹਾ ਸੀਗਾ। ਮੇਰੀ ਇਹੀ ਥੋੜ੍ਹੀ ਜਿਹੀ ਰਾਏ ਸੀਗੀ, ਆਪਣੀ ਜ਼ਾਤੀ ਥੋੜ੍ਹੀ ਜਿਹੜੀ ਮੈਂ ਸੁਣੀ ਸੁਣਾਈਆਂ ਗੱਲਾਂ ਤੁਹਾਨੂੰ ਸੁਣਾਈਆਂ। ਫੈਸਲਾ ਹੁਣ ਤੁਸੀਂ ਕਰਨਾ ਆ, ਅਤੇ ਕਮੈਂਟ 'ਚ ਦੱਸ ਕੇ ਜਾਣਾ ਕਿ ਕੀ ਫੈਸਲਾ ਤੁਹਾਡਾ।